ਨਮਸਕਾਰ, ਮੈਂ ਪ੍ਰਵੀਨ ਡੰਗ, ਪ੍ਰਵਕਤਾ ਸ਼੍ਰੀ ਹਿੰਦੂ ਨਿਆਏ ਪੀਠ ਪੰਜਾਬ। ਅੱਜ ਮੈਂ ਗੱਲ ਕਰਨ ਜਾ ਰਿਹਾ ਗੁਰਵੰਤ ਸਿੰਘ ਪੰਨੂ ਦੀ ਅਪੀਲ ਬਾਰੇ, ਜਿਹੜਾ ਸਿੱਖ ਫੋਰ ਜਸਟਿਸ ਦਾ ਕਨਵੀਨਰ ਹੈ ਅੰਤਰਰਾਸ਼ਟਰੀ, ਔਰ ਕਨੇਡਾ ਔਰ ਅਮਰੀਕਾ ਦੇ ਅਲਗਾਵਾਦੀ ਸਿੱਖਾਂ ਨੂੰ ਉਹਨੇ ਅਪੀਲ ਕੀਤੀ ਹੈ ਕਿ ਜਿਹੜਾ ਉੱਥੇ ਭਾਰਤੀ ਦੂਤਾਵਾਸਾਂ ਦੇ ਵਿੱਚ 26 ਜਨਵਰੀ ਦਾ ਰਾਜਕੀ ਕਾਰਜਕ੍ਰਮ ਹੋਣਾ, ਉਹਦਾ ਵਿਰੋਧ ਕਰਨ ਲਈ, ਔਰ ਜਿਹੜੇ ਵਿਰੋਧ ਕਰਨਗੇ ਉਹਨਾਂ ਨੂੰ ਇਨਾਮ ਦੇਣ ਦੀ ਵੀ ਉਹਨੇ ਘੋਸ਼ਣਾ ਕੀਤੀ ਆ। ਅੱਜ ਮੈਂ ਵੀ ਸ਼੍ਰੀ ਹਿੰਦੂ ਨਿਆਏ ਪੀਠ ਵੱਲੋਂ ਗੁਰਵੰਤ ਸਿੰਘ ਪੰਨੂ ਔਰ ਉਹਦੇ ਅਖੌਤੀ ਸਾਥੀਆਂ ਨੂੰ ਕਹਿੰਦਾ, ਤੁਹਾਨੂੰ ਖਾਲਿਸਤਾਨ ਚਾਹੀਦਾ, ਆ ਜਾਓ ਪੰਜਾਬ 'ਚ, ਹਿੰਦੁਸਤਾਨ 'ਚ ਤੁਹਾਨੂੰ ਦਈਏ ਖਾਲਿਸਤਾਨ, ਤੁਹਾਨੂੰ ਖਾਲਿਸਤਾਨ ਦਊਗੀ ਪੰਜਾਬ ਪੁਲਿਸ, ਤੁਹਾਨੂੰ ਖਾਲਿਸਤਾਨ ਦਊਗੀ ਭਾਰਤੀ ਮਿਲਟਰੀ, ਜਿੱਦਾਂ ਕਸ਼ਮੀਰ ਦੇ ਵਿੱਚ ਦੇ ਰਹੇ ਨੇ ਪੱਥਰਬਾਜ਼ਾਂ ਨੂੰ, ਅਲਗਾਵਾਦੀਆਂ ਨੂੰ। ਅਤੇ ਦੂਸਰੀ ਅਪੀਲ ਮੈਂ ਕਰਨੀ ਚਾਹੁੰਦਾ ਆਪਣੇ ਰਾਸ਼ਟਰਵਾਦੀ ਲੋਕਾਂ ਨੂੰ, ਜਿਹੜੇ ਕਨੇਡਾ ਔਰ ਅਮੈਰੀਕਾ 'ਚ ਬੈਠੇ ਨੇ, ਵੱਡੀ ਗਿਣਤੀ 'ਚ ਸਿੱਖ ਨੇ, ਹਿੰਦੂ ਨੇ, ਜਿਹੜੇ ਆਪਣੇ ਦੇਸ਼ ਨੂੰ ਦਿਲੋਂ ਪਿਆਰ ਕਰਦੇ ਨੇ, ਬੇਸ਼ੱਕ ਉਹ ਵਿਦੇਸ਼ 'ਚ ਬੈਠੇ ਨੇ ਪਰ ਉਹਨਾਂ ਦੇ ਪਿਆਰ 'ਚ ਕੋਈ ਕਮੀ ਨਹੀਂ ਹੈ, ਉਹਨਾਂ ਨੂੰ ਅਪੀਲ ਕਰਦਾ ਮੈਂ, ਔਰ ਨਾਲ ਹੀ ਇਨਾਮ ਦੀ ਵੀ ਘੋਸ਼ਣਾ ਕਰਨਾ, ਜਿੰਨਾ ਗੁਰਵੰਤ ਸਿੰਘ ਪੰਨੂ ਵਿਰੋਧ ਕਰਨ ਦੇ ਉੱਤੇ ਇਨਾਮ ਦਊਗਾ ਉਹਦੇ 'ਤੇ 100 ਰੁਪਈਏ ਵੱਧ ਪਾ ਕੇ ਸ਼੍ਰੀ ਹਿੰਦੂ ਨਿਆਏ ਪੀਠ ਉਹਨਾਂ ਸ਼ੂਰਵੀਰਾਂ ਨੂੰ ਇਨਾਮ ਦਊਗੀ ਜਿਹੜੇ ਵਿਰੋਧ ਕਰਨ ਵਾਲਿਆਂ ਦੇ ਜੁੱਤੀਆਂ ਮਾਰਨਗੇ ਕਨੇਡਾ ਅਮਰੀਕਾ 'ਚ ਦੂਤਾਵਾਸਾਂ ਦੇ ਬਾਹਰ ਅਗਰ ਕੋਈ ਵਿਰੋਧ ਕਰਨ ਆਉਂਦਾ। ਔਰ ਪੂਰੇ ਚੈਲੇਂਜ ਨਾਲ ਮੈਂ ਕਹਿ ਰਿਹਾ ਗੁਰਵੰਤ ਸਿੰਘ ਪੰਨੂ ਦੂਜੇ ਨੂੰ ਅਪੀਲ ਨਾ ਕਰ, ਦਮ ਹੈਗਾ ਆਪ ਜਾਈ ਵਿਰੋਧ ਕਰਨ, ਜੁੱਤੀਆਂ ਹਿੰਦੁਸਤਾਨੀ ਵੇਟ ਕਰਦੀਆਂ ਪਈਆਂ ਤੇਰੇ, ਖਾਲਿਸਤਾਨ ਸੁਪਨਾ ਰਹਿਣਾ ਤੇਰਾ, ਔਰ ਸੁਪਨਾ ਹੀ ਹਮੇਸ਼ਾ ਅਖੰਡ ਹਿੰਦੁਸਤਾਨ ਰਹਿਣਾ ਜਿਹਦੇ 'ਚ ਸਾਰੇ ਧਰਮ ਮਿਲ ਜੁਲ ਕੇ ਰਹਿੰਦੇ ਆ। ਜਿਹੜਾ ਤੂੰ ਜ਼ਹਿਰ ਘੋਲਦਾ ਪਿਆ ਇਹ ਜ਼ਹਿਰ ਪਲਟ ਕੇ ਤੇਰੇ ਹੀ ਸਰੀਰ ਦੇ ਵਿੱਚ ਇੰਜੈਕਟ ਕਰਾਂਗੇ। ਜੈ ਹਿੰਦ, ਜੈ ਭਾਰਤ।